ক্ষেত্রে আমরা ਵੈਲਕਮ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅਤੇ ਆਪਣੀ ਉਹੀ ਰੂਟੀਨ ਡੇਲੀ ਵਿਹਲੇ ਹੈਗੇ ਹਾਂ ਉਹ ਫਿਰਦਾ ਦੂਜਾ ਉੱਧਰ ਹੈ ਨਾ ਗੱਡੀ ਚੱਕਣ ਲੱਗੇ ਹਾਂ ਜਾਣ ਲੱਗੇ ਹਾਂ ਬਾਹਰ ਅਸੀਂ ਘੁੰਮੀਆਂ ਛੁੰਮੀਆਂ ਰੋਟੀ ਅਸੀਂ ਖਾਧੀ ਨਹੀਂ ਬ੍ਰੇਕਫਾਸਟ ਕੀਤਾ ਨਹੀਂ ਲੰਚ ਅਸੀਂ ਕਰਨਾ ਲੰਚ ਦਾ ਟਾਈਮ ਹੋ ਗਿਆ ਅਤੇ ਭੁੱਖ ਹੋਣੀ ਲੱਗੀ ਆ ਇੱਦਾਂ ਅਤੇ ਅੱਜ ਦਾ ਪ੍ਰੋਗਰਾਮ ਕੁਛ ਨਹੀਂ ਹੈਗਾ ਰੈਗੂਲਰ ਵਲੌਗ ਆ ਇਹ ਜੋ ਡੇਲੀ ਰੂਟੀਨ ਜਦੋਂ ਅਸੀਂ ਜਦੋਂ ਘੁੰਮਣ ਜਾਣਾ ਹੋਵੇ ਜਾਂ ਆਪਾਂ ਕਦੇ ਬਾਹਰ ਜਾਂਦੇ ਹਾਂ ਸ਼ੋਪਿੰਗ ਲਈ ਜਾਂ ਗਰੋਸਰੀ ਲਈ ਹੈ ਨਾ ਉਹੀ ਆ ਕਿਉਂਕਿ ਮੈਂ ਹੈਗਾ ਘਰ ਰੈਸਟ 'ਤੇ ਤਾਂ ਕਰਕੇ ਜਾਂ ਤਾਂ ਫਿਰ ਇਸ ਜ਼ਿਆਦਾ ਰੈਸਟ ਨੂੰ ਹੀ ਮੈਂ ਪ੍ਰੈਫਰੈਂਸ ਦਿੰਦਾ ਵਾ ਕਿ ਬਈ ਬਾਹਰ ਘੁੰਮਣ ਫਿਰਨ ਨਾਲੋਂ ਹੈ ਨਾ ਅਤੇ ਹੁਣ ਆਪਾਂ ਚੱਲਦੇ ਹਾਂ ਮਾਰਕੀਟ ਮਾਰਕੀਟ ਨਹੀਂ ਮਤਲਬ ਚੱਲਦੇ ਹਾਂ ਕਿ ਸਾਡਾ ਹੈਗਾ ਇੱਕ ਪ੍ਰੋਗਰਾਮ ਉੱਥੇ ਜਾ ਕੇ ਫਿਰ ਆਪਾਂ ਤੁਹਾਨੂੰ ਅਗਲਾ ਕਾਰੋਬਾਰ ਦਿਖਾਉਂਦੇ ਹਾਂ ਮਾਹੌਲ ਦਿਖਾਉਂਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ ਠੀਕ ਆ ਜੀ ਹੁਣ ਗੱਡੀ 'ਚ ਬੈਠਣਾ ਫਿਰ ਤੁਹਾਨੂੰ ਗੱਡੀ 'ਚ ਮਿਲਦਾ ਮੈਂ ਜਾਣ ਕੇ ਬਹੁਤ ਦੂਰ ਉਹ ਹੋ ਗਿਆ ਮਤਲਬ ਕਿ ਕੰਮ ਸਟਾਰਟ ਰਾਹ ਦੇ ਵਿੱਚ ਖਤਰੋਂ ਕੇ ਖਿਲਾੜੀ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਹਾਂ ਬੰਦੇ ਨੇ ਕਰ ਦੇਣਾ ਆਪਾਂ ਨੂੰ ਕਲਿੱਪ ਤੁਹਾਨੂੰ ਦਿਖਾਤੀ ਹੈ ਖਤਰੋਂ ਕੇ ਖਿਲਾੜੀ ਬੰਦੇ ਕੰਮ ਕਰ ਰਹੇ ਸੀ ਬਿਲਡਿੰਗ ਦੇ ਵਿੱਚ ਡੇਲੀ ਕੋਈ ਨਾ ਕੋਈ ਇਹਨਾਂ ਨੇ ਸੱਪ ਕੱਢਿਆ ਪਰ ਵਧੀਆ ਗੱਲ ਆ ਬਿਲਡਿੰਗ ਤੁਹਾਡੀ ਮੇਨਟੇਨ ਹੀ ਮੇਨਟੇਨੈਂਸ ਤੇ ਰਹਿੰਦੀ ਹੈ ਆਪਣੀ ਬਿਲਡਿੰਗ ਦੀ ਖਾਸੀਅਤ ਹੈ ਮੇਨਟੇਨੈਂਸ ਬਹੁਤ ਹੈ ਮੇਨਟੇਨੈਂਸ ਪੂਰੀ ਵਧੀਆ ਚੱਲਦੀ ਹੈ ਹੈ ਤੇ ਗੱਲ ਹੈਗੀ ਇੱਦਾਂ ਵਲੌਗ ਆਪਾਂ ਸਟਾਰਟ ਕਰ ਲਿਆ ਚੱਲੇ ਹਾਂ ਅਸੀਂ ਮਤਲਬ ਕੰਮ ਆਪਦੇ ਧੰਦਿਆਂ 'ਤੇ ਠੀਕ ਹੈ ਉਹ ਕੱਲ੍ਹ ਉਹ ਲੱਖਾਂ ਸਧਾਣਾ ਦੱਸ ਰਿਹਾ ਸੀਗਾ ਉਹ ਆਪਾਂ ਫੇਸਬੁੱਕ 'ਤੇ ਦੇਖਿਆ ਸੀ ਕਿ ਇਹਦੇ 3 ਦਿਨ ਹੋ ਗਏ 4 ਦਿਨ ਹੋ ਗਏ ਮੋਟਰ ਚਲਾਈ ਨਾ ਉਹ ਖੂਹ ਬਣਾਇਆ ਪਿਆ ਖੱਤੇ ਉਹਨੇ ਖੇਤ ਪਾਣੀ ਭਰ 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 ਯਾਰ ਇਹ ਤਾਂ ਮਤਲਬ ਕਿ ਅਗਰ ਉਹ ਮੈਨੂੰ ਜਿੱਦ ਤੱਕ ਲੱਗਦਾ ਉਹਦੇ ਜਵਾਕ ਤਾਂ ਪੜ੍ਹੇ ਲਿਖੇ ਹੋਣਗੇ ਉਹਨਾਂ ਨੂੰ ਤਾਂ ਸਮਝ ਹੋਊ ਵੀ ਪਾਣੀ ਦਾ ਲੈਵਲ ਜਾਂ ਇਹ ਕੀ ਚੀਜ਼ ਆ ਜਾ ਕੇ ਆਪ ਬੈਠਾ ਸੀ ਉੱਥੇ ਵਿਚਾਰਾ ਕਹਿੰਦਾ 4 ਦਿਨ ਹੋ ਗਏ ਮੋਟਰ ਚ ਉਹਨੇ ਦਿਖਾਇਆ ਵੀਡੀਓ ਤੇ ਜਾ ਕੇ ਦੇਖੋ ਲੱਖੇ ਸਧਾਣੇ ਦੇ ਲਾਈਵ ਤੇ ਕੱਲ ਦੀ ਉਹਦੀ ਵੀਡੀਓ ਆ ਉਹਨੇ ਦਿਖਾਇਆ ਵੀ ਇੱਕ ਮਤਲਬ ਮੋਟਰ ਚੱਲਦੀ ਆ ਉਹਨੂੰ 3-4 ਦਿਨ ਹੋ ਗਏ ਕੰਟੀਨਿਊ ਚੱਲਦੀ ਨੂੰ ਔਰ ਥੋੜੇ ਦਿਨ ਪਹਿਲਾਂ ਉਹਨੇ ਪਰਾਲੀ ਸਾੜੀ ਆ ਬੰਦੇ ਨੇ ਹੈ ਪਹਿਲਾਂ ਤਾਂ ਉਹਨੇ ਉਹ ਧਰਤੀ ਦਾ ਮਤਲਬ ਕਿ ਖਤਮ ਕਰਤਾ ਹੈ ਨਾ ਜੋ ਉਹਦੀ ਪਾਵਰ ਹੁੰਦੀ ਹੈ ਜੋ ਇਮਿਊਨ ਸਿਸਟਮ ਹੁੰਦਾ ਧਰਤੀ ਦਾ ਅੱਗ ਲਾ ਕੇ ਫਿਰ ਉਹ ਕਹਿੰਦਾ 3-4 ਦਿਨ ਕਿਉਂ ਬਿੱਲ ਨਹੀਂ ਆਉਣਗੇ ਮੋਟਰ ਚੱਲਦੀ ਆ ਚੱਲੀ ਜਾਵੇ ਹੁਣ ਧੜਾ ਮਾਰੋ ਧਾੜ ਚੱਲਦੀ 3-4 ਦਿਨ ਛੱਪੜ ਬਣਾਤਾ ਉਹਨੇ ਭੈਣ ਤੋਂ ਨੇੜਲੇ ਤੇੜਲੇ ਖਾਤੇ ਅੱਜ ਅਤੇ ਕਿੰਨਾ ਪਾਣੀ ਅੰਦਰੋਂ ਖਿੱਚਿਆ ਹੋਣਾ ਉਹਨੇ 3-4 ਦਿਨਾਂ ਦੇ ਵਿੱਚ ਉਹ ਵਿਚਾਰਾ ਉੱਥੇ ਬੈਠਾ ਰੋਂਦਾ ਸੀਗਾ ਅਤੇ ਬੰਦੇ ਆਵਾਮ ਸੁਣਦੀ ਨਹੀਂ ਸੀ ਇਹਦੇ ਵਿੱਚ ਗੌਰਮੈਂਟ ਵੀ ਕੀ ਕਰੇ ਬੰਦੇ ਆਪ ਹੀ ਨਹੀਂ ਸਮਝਦੇ ਫਿਰ ਹੈ ਨਾ ਜਾਂ ਤਾਂ ਹੁਣ ਇੱਕ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਥੋੜ੍ਹਾ ਜਿਹਾ ਇਨੀਸ਼ੀਏਟਿਵ ਜਾਂ ਥੋੜ੍ਹਾ ਜਿਹਾ ਮੈਂ ਇਨਪੁੱਟ ਕਰਾਂ ਮੈਂ ਆਪਦਾ ਐਫਰਟ ਪਾਵਾਂ ਇਮਾਨਦਾਰੀ ਨਾਲ ਯਾਰ ਗੌਰਮੈਂਟ ਸਲੀਮ ਤੇਲ ਆਪਾਂ ਕਹਿ ਦਈਏ ਆਪਾਂ ਸਾਰੇ ਕਹਿੰਦੇ ਫੁੱਦੂ ਆ ਭੈਣ ਚੋਣ ਗੌਰਮੈਂਟ ਹੈ ਨਾ ਲੇਕਿਨ ਅਗਰ ਆਵਾਮ ਥੋੜ੍ਹੀ ਜਿਹੀ ਆਪਦੇ ਆਪ ਨੂੰ ਸੁਧਰਨਾ ਪੈਣਾ ਨਾ ਹਾਂ ਪਹਿਲਾਂ ਆਪਦੇ ਆਪ ਨੂੰ ਸੁਧਰਨਾ ਪੈਣਾ ਥੋੜ੍ਹਾ ਜਿਹਾ ਮਤਲਬ ਉਹਦੀ ਵੀਡੀਓ ਦੇਖ ਕੇ ਥੋੜ੍ਹਾ ਦੁੱਖ ਲੱਗਿਆ ਕਿ ਯਾਰ ਨਹੀਂ ਸਟਿਲ ਬੰਦੇ ਹੈ ਚੈਲੇਂਜ ਕਰਦੇ ਆ ਵੀ ਨਹੀਂ ਅਗਰ ਅਗਰ ਗੌਰਮੈਂਟ ਨੇ ਰੋਕਿਆ ਤਾਂ ਅਸੀਂ ਕਰਨਾ ਹੀ ਕਰਨਾ ਵਾ ਕਿੰਨੀਆਂ ਸਬਜ਼ੀਆਂ ਬੂਟੀਆਂ ਕਿੰਨਾ ਕਿੰਨੀ ਕਿੰਨੀ ਮਤਲਬ ਫਸਲ ਆ ਗਈ ਕਿੰਨੇ ਤਰ੍ਹਾਂ ਦੀ ਨਵੀਂ ਟੈਕਨੋਲੋਜੀ ਦੀ ਜਿਹਨਾਂ 'ਤੇ ਘੱਟ ਪਾਣੀ ਲੱਗਦਾ ਵਾ ਠੀਕ ਆ ਹਾਲੇ ਕਹਿੰਦਾ ਝੋਨੇ ਦੀ ਵਾਰੀ ਵੀ ਨਹੀਂ ਹੈਗੀ ਝੋਨਾ ਹਾਲੇ ਮਹੀਨਾ ਖੰਡ ਠਹਿਰ ਕੇ ਲੱਗਣਾ ਵਾ ਲੇਕਿਨ ਮਾਂ ਦੇ ਪੁੱਤ ਨੇ ਪੂਰਾ ਹੀ ਤਰ ਕਰਤਾ ਜ਼ਮੀਨ ਨੂੰ ਪਾਣੀ ਛੱਪੜ ਬਣਾਇਆ ਪਿਆ ਸੀ ਤੋ ਇਹ ਥੋੜ੍ਹਾ ਜਿਹਾ ਮਤਲਬ ਆਪਾਂ ਨੂੰ ਇਹ ਚੀਜ਼ ਤਾਂ ਸਿੱਖਣੀ ਚਾਹੀਦੀ ਹੈ ਸਾਰੇ ਹੀ ਰਿਟਰਨ ਆ ਇਹੋ ਜਿਹੀਆਂ ਡੈਵਲਪ ਕੰਟਰੀਆਂ ਦੇ ਵਿੱਚੋਂ ਸਾਰੇ ਹੁਣ ਇਸ ਟਾਈਮ ਵਸਨੀਕ ਨੇ ਸਾਰਿਆਂ ਨੂੰ ਸਿਸਟਮ ਦਾ ਪਤਾ ਔਰ ਕਿਹੜੀ ਚੀਜ਼ ਕਿਵੇਂ ਇਨਵਾਇਰਮੈਂਟ ਕਿੰਨਾ ਵੈਲਿਊਏਬਲ ਆ ਉਹਨੂੰ ਆਪਾਂ ਨੂੰ ਕਿੰਨੀ ਕੇਅਰ ਕਰਨੀ ਪੈਣੀ ਹੈ ਠੀਕ ਹੈ ਪਾਣੀ ਕਿੰਨਾ ਇੰਪੋਰਟੈਂਟ ਆ ਬਾਹਰਲੀਆਂ ਕੰਟਰੀਆਂ ਬਹੁਤ ਸੋਹਣਾ ਸੰਭਾਲਦੀਆਂ ਸਾਰਾ ਕੁਛ ਅਸੀਂ ਦੁਬਈ ਦੇ ਵਿੱਚ ਹਾਂ ਦੁਬਈ ਦੇ ਵਿੱਚ ਅਗਲੇ
stop against the flank throat stretch. Not too pointing forward, goes in hard. To a joint party, in he goes. Goes back around, nose.
Oh, do you do video? Thank you.
picture and to go to in the big shot. Goes back down there, reading that once again. Back to where we started there with Victor. More firmly stuck in the back of that pot. ਚਾਰ ਪੈਰ ਬਹੁਤ ਹੁੰਦੀ ਹੈ ਦੁਪਹਿਰ ਨੂੰ ਚਾਰ ਪੈਰ ਤੋਂ ਸਮਝ ਗਏ ਹੋ ਸਟਾਰ ਆ ਗਈ ਬੇੜੀ ਬਹੁਤ ਤੋਂ ਪਤਾ ਲੱਗਦਾ ਇੰਡੀਅਨ ਰਹਿੰਦੇ ਬੋਰ ਨਹੀਂ ਹੋਣਾ ਬਿਲਡਿੰਗ ਦੇਖ ਕੇ ਕਿਉਂਕਿ ਬਹੁਤ ਜ਼ਿਆਦਾ ਵਾਰੀ ਦਿਖਾ ਚੁੱਕੇ ਹਾਂ ਅਸੀਂ ਸਾਡੇ ਇੱਥੇ ਚੱਕਰ ਬਹੁਤ ਵੱਜਦੇ ਨੇ ਹੁਣ ਆਪਾਂ ਕੀ ਕਰੀਏ ਡੇਲੀ ਰੂਟੀਨ ਵਲੌਗ ਦੇ ਵਿੱਚ ਆਪਾਂ ਐਕਸਾਈਟਡ ਬਣਾਵਾਂਗੇ ਇਹਨਾਂ ਨੂੰ ਲੇਕਿਨ ਸਾਨੂੰ ਆਉਣ ਵਾਲਾ ਟਾਈਮ ਮਤਲਬ ਸੈਟੀ ਹੋਊਗਾ ਇਨਸ਼ਾਅੱਲਾ ਹੈ ਨਾ ਸੈੱਟ ਕਰਕੇ ਫਿਰ ਆਪਾਂ ਹੋਰ ਇਹਨਾਂ ਨੂੰ ਵਲੌਗਸ ਨੂੰ ਐਕਸਾਈਟਡ ਬਣਾਵਾਂਗੇ ਵਧੀਆ ਤਰੀਕੇ ਨਾਲ ਹਾਲੇ ਫਿਲਹਾਲ ਤੁਸੀਂ ਮਤਲਬ ਡੇਲੀ ਰੂਟੀਨ ਲਾਈਕ ਹੀ ਦੇਖ ਸਕਦੇ ਹੋ ਸਾਡੀ ਅਗਰ ਉਹਨੂੰ ਤੁਸੀਂ ਦੇਖ ਕੇ ਐਪਰੀਸ਼ੀਏਟ ਕਰਦੇ ਹੋ ਤਾਂ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂ ਸਲੀਮੇ ਦਿਲੋਂ ਧੰਨਵਾਦ ਬਾਬਾ ਮਿਲਦੇ ਹਾਂ ਪਾਰਕਿੰਗ ਸਾਨੂੰ ਮਿਲ ਜਾਣੀ ਹੈ ਤੁਹਾਡੀ ਕਿਸਮਤ ਬਹੁਤ ਚੰਗੀ ਹੈ ਓਕੇ ਕਿਹਾ ਸੀ ਨਾ ਪਾਰਕਿੰਗ ਸਾਨੂੰ ਅੰਦਰ ਵੜਦੇ ਹੀ ਮਿਲ ਜਾਣੀ ਕਿਸਮਤ ਸਾਡੀ ਬਹੁਤ ਚੰਗੀ ਆ ਆਹ ਨਿਕਲਣ ਲੱਗੀ ਗੱਡੀ ਅਤੇ ਹੁਣ ਆਪਾਂ ਲਾ ਦੇਣੀ ਆ ਪਾਰਕਿੰਗ ਇਹ ਖੇਡ ਹੀ ਸਾਰੀ ਕਿਸਮਤ ਦੀ ਆ ਮੈਨੂੰ ਲੱਗਦਾ ਨਹੀਂ ਹਾਰਡ ਵਰਕ ਕੋਈ ਨਾਂ ਦੀ ਚੀਜ਼ ਮਿੱਤਰੋ ਕੰਮ ਸਾਡਾ ਅਜੇ ਫਿਰ ਨਹੀਂ ਬਣਿਆ ਅਗਲੀ ਤਰੀਕ ਪੈ ਗਈ ਆ ਅਤੇ ਅਗਲੀ ਹੁਣ ਡੇਟ ਮਿਲ ਗਈ ਸਾਨੂੰ ਅਤੇ ਹੁਣ ਅਸੀਂ ਚੱਲੇ ਹਾਂ ਬੈਕ ਟੂ ਹੋਮ ਹੋਰ ਕਿੱਥੇ ਪਲਾਨ ਆ ਪਲਾਨ ਹੁਣ ਕਿੱਥੇ ਹੁਣ ਧੁੱਪ ਬੜੀ ਆ ਘਰੇ ਚੱਲਦੇ ਹਾਂ ਕਿਹੜੀ ਸ਼ੋਪ 'ਤੇ ਅਗਰ ਨੈਕਸਟ ਕੋਈ ਪ੍ਰੋਗਰਾਮ ਬਣਦਾ ਫਿਰ ਆਪਾਂ ਦੇਖ ਲੈਂਦੇ ਹਾਂ ਕੀ ਮਾਹੌਲ ਆ ਹੈ ਨਾ ਅਤੇ ਰਾਹ ਦੇ ਵਿੱਚ ਹੀ ਆ ਸਾਰਾ ਕੁਝ ਚਲੋ ਫਿਰ ਮਿਲਦੇ ਹਾਂ ਬਬਾਸ ਬੜੀ ਹੋਰ ਹੀ ਸਮੈਲ ਜੀ ਆ ਰਹੀ ਹੈ ਗੱਡੀ ਦੇ ਵਿੱਚ ਜਦੋਂ ਅਸੀਂ ਬੈਠੇ ਹਾਂ ਘਰੋਂ ਤੁਰੇ ਸਮਝ ਨਹੀਂ ਆਉਂਦਾ ਬਈ ਸਮੈਲ ਹੈ ਕਾਹਦੀ ਆਉਂਦੀ ਪਿੰਡ ਦੇ ਵਿੱਚੋਂ ਅੱਗੇ ਪਿੱਛੋਂ ਸਾਰੀਆਂ ਸੀਟਾਂ ਚੈੱਕ ਚੁੱਕ ਕਰ ਲਈਆਂ ਅਸੀਂ ਮਤਲਬ ਸਾਰਾ ਕੁਝ ਚੈੱਕ ਕਰ ਲਿਆ ਵੀ ਨਹੀਂ ਯਾਰ ਇੱਥੇ ਕੋਈ ਕੈਮੀਕਲ ਜਿਵੇਂ ਹੁੰਦਾ ਨਾ ਹੁਣ ਦਿਮਾਗ ਆਇਆ ਵੀ ਇਹਨੇ ਹੁਣ ਦੱਸਿਆ ਵੀ ਥਿਨਰ ਪਿਆ ਗੱਡੀ ਦੇ ਵਿੱਚ ਪਿੱਛੇ ਡਿੱਗੀ ਦੇ ਪਿਆ ਹਾਂ ਡਿੱਗੀ ਜੇ ਰੱਖਿਆ ਉਹਦੀ ਸਮੈਲ ਛੱਡਦੀ ਆ ਥਿਨਰ ਦੀ ਥਿਨਰ ਆ ਪੱਕਾ ਥਿਨਰ ਆ ਥਿਨਰ ਕਨਫਰਮ ਥਿਨਰ ਆ ਉਹ ਮਿਲਿਆ ਜਾਂਦਾ ਡੁੱਲ ਗਿਆ ਗੱਡੀ 'ਚ ਅਤੇ ਉਹ ਤਰੇ ਸਰਕੂਲੇਟ ਹੋ ਰਿਹਾ ਹਵਾ ਦੇ ਵਿੱਚ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਚੀਜ਼ਾਂ ਇਹ ਚੀਜ਼ਾਂ ਰੱਖਣੀਆਂ ਨਹੀਂ ਚਾਹੀਦੀਆਂ ਚਲੋ ਫਿਰ ਆਹ ਮੈਂ ਕਿਹਾ ਇੰਪੋਰਟੈਂਟ ਇਨਫੋਰਮੇਸ਼ਨ ਦੇ ਦਿੱਤਾ ਤੁਹਾਨੂੰ ਮੈਂ ਕਿੰਨੀ ਸੋਹਣੀ ਇਨਫੋਰਮੇਸ਼ਨ ਹੈ ਦੇ ਦਿੱਤੀ ਆਪਾਂ ਨਾ ਜੀ ਚਲੋ ਠੀਕ ਆ ਘਰ ਪਹੁੰਚ ਗਏ ਜਿੱਥੋਂ ਆਪਾਂ ਚੱਲੇ ਸੀ ਉੱਥੇ ਆ ਗਏ ਹੈ ਨਾ ਤੁਰ ਕੇ ਅਤੇ ਗੱਲ ਉਹੀ ਆ ਹਰੀ ਦਾ ਬੈਗ ਪਿਆ ਮੁੰਡੇ ਦਾ ਬੈਗ ਪਿਆ ਵਾ ਇੱਥੇ ਅਤੇ ਕਿਹੜੀ ਆਹ ਨਾ ਇਹ ਬੱਸ ਦੇ ਰਾਹ ਦੇ ਲਈ ਉਹੀ ਆ ਦੋ ਘੰਟੇ ਸਾਨੂੰ ਗੱਡੀ 'ਚ ਹੋ ਗਿਆ ਬੈਠਿਆਂ ਨੂੰ ਅਤੇ ਅਸਫਾਲਟ ਕਿੱਥੋਂ ਆ ਰਹੀ ਹੈ ਕਿੱਥੋਂ ਆ ਰਹੀ ਹੈ ਭਾਈ ਥਿਨਰ ਦੀ ਸਮੈਲ ਕਿੱਥੋਂ ਆ ਰਹੀ ਹੈ ਅਤੇ ਫਾਈਨਲੀ ਵੀ ਗਾਰਡ ਹੈ ਚੱਲ ਵਧੀਆ ਹੋ ਗਿਆ ਚਲੋ ਜੀ ਹੁਣ ਮਿਲਦਾ ਸਾਨੂੰ ਘਰ ਹੈ ਨਾ ਚਲੋ ਹੋਰ ਚੱਲੀਏ ਚਲੋ
stretch. Not too warning for the world, don't it? Ah, to a party, in he goes. Goes back around, nose. ਵੈਲਕਮ ਹੈ ਜੀ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਅਤੇ ਆਪਣੀ ਉਹੀ ਰੂਟੀਨ ਡੇਲੀ ਵਿਹਲੇ ਹੈਗੇ ਹਾਂ ਉਹ ਫਿਰਦਾ ਦੂਜਾ ਉੱਧਰ ਹੈ ਨਾ ਗੱਡੀ ਚੱਕਣ ਲੱਗੇ ਹਾਂ ਜਾਣ ਲੱਗਿਆ ਬਾਹਰ ਅਸੀਂ ਘੁੰਮੀਆਂ ਝੁੰਮੀਆਂ ਰੋਟੀ ਅਸੀਂ ਖਾਧੀ ਨਹੀਂ ਬ੍ਰੇਕਫਾਸਟ ਕੀਤਾ ਨਹੀਂ ਲੰਚ ਅਸੀਂ ਕਰਨਾ ਲੰਚ ਦਾ ਟਾਈਮ ਹੋ ਗਿਆ ਅਤੇ ਭੁੱਖ ਬੜੀ ਲੱਗੀ ਆ ਇੱਦਾਂ ਅਤੇ ਅੱਜ ਦਾ ਪ੍ਰੋਗਰਾਮ ਕੁਛ ਨਹੀਂ ਹੈਗਾ ਰੈਗੂਲਰ ਵਲੌਗ ਆ ਇਹ ਜੋ ਡੇਲੀ ਰੂਟੀਨ ਜਦੋਂ ਅਸੀਂ ਜਦੋਂ ਘੁੰਮਣ ਜਾਣਾ ਹੋਵੇ ਜਾਂ ਆਪਾਂ ਕਦੇ ਬਾਹਰ ਜਾਂਦੇ ਹਾਂ ਸ਼ੋਪਿੰਗ ਲਈ ਜਾਂ ਗਰੋਸਰੀ ਲਈ ਹੈ ਨਾ ਉਹੀ ਆ ਕਿਉਂਕਿ ਮੈਂ ਹੈਗਾ ਘਰ ਰੈਸਟ 'ਤੇ ਤਾਂ ਕਰਕੇ ਜਾਂ ਤਾਂ ਫਿਰ ਇਸ ਜ਼ਿਆਦਾ ਰੈਸਟ ਨੂੰ ਹੀ ਮੈਂ ਪ੍ਰੈਫਰੈਂਸ ਦਿੰਦਾ ਵਾ ਕਿ ਬਈ ਬਾਹਰ ਘੁੰਮਣ ਫਿਰਨ ਨਾਲੋਂ ਹੈ ਨਾ ਅਤੇ ਹੁਣ ਆਪਾਂ ਚੱਲਦੇ ਹਾਂ ਮਾਰਕੀਟ ਮਾਰਕੀਟ ਨਹੀਂ ਮਤਲਬ ਚੱਲਦੇ ਹਾਂ ਕਿ ਸਾਡਾ ਹੈਗਾ ਇੱਕ ਪ੍ਰੋਗਰਾਮ ਉੱਥੇ ਜਾ ਕੇ ਫਿਰ ਆਪਾਂ ਤੁਹਾਨੂੰ ਅਗਲਾ ਕਾਰੋਬਾਰ ਦਿਖਾਉਂਦੇ ਹਾਂ ਮਾਹੌਲ ਦਿਖਾਉਂਦੇ ਹਾਂ ਕੀ ਬਣਦਾ ਕੀ ਨਹੀਂ ਬਣਦਾ ਠੀਕ ਆ ਜੀ ਹੁਣ ਗੱਡੀ 'ਚ ਬੈਠਣਾ ਫਿਰ ਤੁਹਾਨੂੰ ਗੱਡੀ 'ਚ ਮਿਲਦਾ ਮੈਂ ਜਾਣੀ ਕਿ ਬਹੁਤ ਦੂਰ ਉਹ ਹੋ ਗਿਆ ਮਤਲਬ ਕਿ ਕੰਮ ਸਟਾਰਟ ਰਾਹ ਦੇ ਵਿੱਚ ਖਤਰੋਂ ਕੇ ਖਿਲਾੜੀ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਹਾਂ ਬੰਦੇ ਨੇ ਕਰ ਦੇਣਾ ਆਪਾਂ ਨੂੰ ਕਲਿੱਪ ਤੁਹਾਨੂੰ ਦਿਖਾਤੀ ਆ ਖਤਰੋਂ ਕੇ ਖਿਲਾੜੀ ਬੰਦੇ ਕੰਮ ਕਰ ਰਹੇ ਸੀ ਬਿਲਡਿੰਗ ਦੇ ਵਿੱਚ ਡੇਲੀ ਕੋਈ ਨਾ ਕੋਈ ਇਹਨਾਂ ਨੇ ਸੱਪ ਕੱਢਿਆ ਪਰ ਵਧੀਆ ਗੱਲ ਆ ਬਿਲਡਿੰਗ ਤੁਹਾਡੀ ਮੇਨਟੇਨ ਹੀ ਮੇਨਟੇਨੈਂਸ ਤੇ ਰਹਿੰਦੀ ਆ ਆਪਣੀ ਬਿਲਡਿੰਗ ਦੀ ਖਾਸੀਅਤ ਆ ਮੇਨਟੇਨੈਂਸ ਬਹੁਤ ਆ ਮੇਨਟੇਨੈਂਸ ਪੂਰੀ ਵਧੀਆ ਚੱਲਦੀ ਆ ਹੈ ਤੇ ਗੱਲ ਹੈਗੀ ਇੱਦਾਂ ਵਲੌਗ ਆਪਾਂ ਸਟਾਰਟ ਕਰ ਲਿਆ ਚੱਲੇ ਹਾਂ ਅਸੀਂ ਮਤਲਬ ਕੰਮ ਆਪਦੇ ਧੰਦਿਆਂ 'ਤੇ ਠੀਕ ਆ ਉਹ ਕੱਲ੍ਹ ਉਹ ਲੱਖਾਂ ਸਧਾਣਾ ਦੱਸ ਰਿਹਾ ਸੀਗਾ ਉਹ ਆਪਾਂ ਫੇਸਬੁੱਕ 'ਤੇ ਦੇਖਿਆ ਸੀ ਕਿ ਇਹਦੇ 3 ਦਿਨ ਹੋ ਗਏ 4 ਦਿਨ ਹੋ ਗਏ ਮੋਟਰ ਚਲਾਈ ਨਾ ਉਹ ਖੂਹ ਬਣਾਇਆ ਪਿਆ ਖੱਤੇ ਉਹਨੇ ਖੇਤ ਪਾਣੀ ਭਰ 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 ਯਾਰ ਇਹ ਤਾਂ ਮਤਲਬ ਕਿ ਅਗਰ ਉਹ ਮੈਨੂੰ ਜਿੱਦ ਤੱਕ ਲੱਗਦਾ ਉਹਦੇ ਜਵਾਕ ਤਾਂ ਪੜ੍ਹੇ ਲਿਖੇ ਹੋਣਗੇ ਉਹਨਾਂ ਨੂੰ ਤਾਂ ਸਮਝ ਹੋਊ ਵੀ ਪਾਣੀ ਦਾ ਲੈਵਲ ਜਾਂ ਇਹ ਕੀ ਚੀਜ਼ ਆ ਜਾ ਕੇ ਆਪ ਬੈਠਾ ਸੀ ਉੱਥੇ ਵਿਚਾਰਾ ਕਹਿੰਦਾ 4 ਦਿਨ ਹੋ ਗਏ ਮੋਟਰ ਚ ਉਹਨੇ ਦਿਖਾਇਆ ਵੀਡੀਓ ਤੇ ਜਾ ਕੇ ਦੇਖੋ ਲੱਖੇ ਸਧਾਣੇ ਦੇ ਲਾਈਵ ਤੇ ਕੱਲ ਦੀ ਉਹਦੀ ਵੀਡੀਓ ਆ ਉਹਨੇ ਦਿਖਾਇਆ ਵੀ ਇੱਕ ਮਤਲਬ ਮੋਟਰ ਚੱਲਦੀ ਆ ਉਹਨੂੰ 3-4 ਦਿਨ ਹੋ ਗਏ ਕੰਟੀਨਿਊ ਚੱਲਦੀ ਨੂੰ
और थोड़े दिन पहला उन्हें पराली साड़ी है बंदे ने है पहला तो उन्हें वो धरती का मतलब के खत्म करता है ना जो ओदी पावर होंगी है जो इम्यून सिस्टम होंगे धरती का अग ला के फिर कहता तीन चार दिन क्यों बैल नहीं आने गए मोटर चल दिया चली जाए और धड़ा मारो धाड़ चलती तीन चार दिन छप्पड़ बनाता उन्हें भैन तो नेड़े तेड़े खाते अज तो कि पानी अंदरों खिंच होना उन्हें तीन चार दिनों के वो बेचारा उत्थे बैठा रोंदा सीगा ते बंदे आवाम सुनती नहीं सी इहदे विच गवर्नमेंट भी की करे बंदे आप ही नहीं समझदे फिर है ना जद हुण इक मेरी जिम्मेदारी बनती है कि मैं थोड़ा जा इनिशिएटिव जां थोड़ा जा मैं इनपुट करा मैं आपदा एफर्ट पावां ईमानदारी नाल यार गवर्नमेंट असलीम तेल आपां कह दिए आपां सारे कहिंदे फुद्दू आ भेड़ चोर गवर्नमेंट है ना लेकिन अगर आवाम थोड़ी आपदे सुधरना पैणा ना हां थोड़ा जहा मतलब ओदी वीडियो देख के थोड़ा दुख लगे कि यार नहीं स्टिल बंदे है चैलेंज करते हैं भी नहीं अगर अगर गवर्नमेंट ने रोकया तो असी करना ही करना है किनिया सब्जियां बूटियां किन्ना किन्नी किन्नी मतलब फसल आ गई किन्ने तरह की नवी टेक्नोलॉजी की जिन्हें तो घट पानी लगता वा ठीक है हाले कहते झोने की बारी भी नहीं हैगी झोना हाले महीना खंड ठहर के लगना वा लेकिन मां दे पुत ने पूरा ही तर करता जमीन नूं छप्पड़ बनाया पिया सी तो ये थोड़ा जिहा मतलब आपां नूं ये चीज तां सीखनी चाहीदी है सारे ही रिटर्न एहजियां डेवलप कंट्रियां दे विचों सारे हुण इस टाइम वसनीक ने सारयां नूं सिस्टम दा पता और किहड़ी चीज किवें एनवायरमेंट किन्ना वैल्यूएबल आ उहनूं आपां नूं किन्नी केयर करनी पैणी है ठीक है पानी किन्ना इंपोर्टेंट आ ਬਾਹਰਲੀਆਂ ਕੰਟਰੀਆਂ ਬਹੁਤ ਸੋਹਣਾ ਸੰਭਾਲਦੀਆਂ ਸਾਰਾ ਕੁਛ ਅਸੀਂ ਦੁਬਈ ਦੇ ਵਿੱਚ ਹਾਂ ਦੁਬਈ ਦੇ ਵਿੱਚ ਅਗਲੇ ਮਤਲਬ ਗਰੀਨਰੀ ਲਾ ਲਾ ਕੇ ਪੋਲਿਊਸ਼ਨ ਨੂੰ ਕੰਟਰੋਲ ਕਰ ਕਰਕੇ ਇਹਨਾਂ ਨੇ ਆਪਣੇ ਵੈਦਰ ਦੇ ਵਿੱਚ ਇੰਪਰੂਵ ਕਰ ਲਿਆ ਅੱਜ ਥੋੜ੍ਹੇ ਪੰਜਾਬ ਦੇ ਵਿੱਚ ਗਰਮੀ ਜ਼ਿਆਦਾ ਹੋਣੀ ਹੈ ਇਸ ਵਕਤ ਇੱਥੇ ਇੰਨੀ ਗਰਮੀ ਹੈ ਨਹੀਂ ਹਾਲਾਂਕਿ ਇਹ ਟਾਈਮਾਂ ਦੇ ਵਿੱਚ ਫੇਮਸ ਸੀ ਵੀ ਤੁਸੀਂ ਬਾਹਰ ਨਹੀਂ ਖੜ੍ਹ ਸਕਦੇ ਦੁਬਈ ਦੇ ਵਿੱਚ ਲੇਕਿਨ ਇੰਪਰੂਵ ਕਰ ਕਰਕੇ ਇਨਵਾਇਰਮੈਂਟ ਨੂੰ ਇਹਨਾਂ ਨੇ ਮਤਲਬ ਵੈਦਰ ਹੀ ਚੇਂਜ ਕਰ ਲਿਆ ਆਪਦੇ ਕੋਲ ਹੁੰਦਾ ਹੀ ਹੈ ਤਾਂ ਯਾਰ ਬਣਿਆ ਹੀ ਹੋਇਆ ਵਾ ਤੁਸੀਂ ਸਾਫ਼ ਸੁਥਰਾ ਰੱਖੋਗੇ ਤਾਂ ਇਹਨੇ ਇੰਪਰੂਵ ਹੋਣਾ ਹੀ ਹੋਣਾ ਲੇਕਿਨ ਆਪਣੇ ਵਰਗਨ ਕੋਈ ਵੈਲਿਊ ਹੈ ਨਹੀਂ ਜਿੱਥੇ ਇਹਨਾਂ ਦੇ ਕੋਈ ਕੁਛ ਨਹੀਂ ਉੱਗ ਸਕਦਾ ਰੰਭਲ ਆ ਪੂਰੀ ਚਾਰੇ ਪਾਸੇ ਆਹ ਗਰੀਨਰੀ ਗਰੀਨਰੀ ਲਾਈ ਹੋਰ ਉਹਨਾਂ ਦੇ ਸਾਈਡਾਂ ਦੇ ਜਿੱਥੇ ਇਹਨਾਂ ਨੂੰ ਪੋਸੀਬਿਲਿਟੀ ਲੱਗਦੀ ਹੈ ਆਉਣ ਵਾਲਾ ਟਾਈਮ 60% ਗਰੀਨਰੀ ਕਰਨੀਆਂ ਨੇ ਹੋਰ ਦੁਬਈ ਦੇ ਵਿੱਚ ਹੁਣ ਤਾਂ ਹਿਸਾਬ ਲਾ ਲਓ ਫਿਰ ਕਿੰਨੀ ਪ੍ਰਾਇਓਰਟੀ ਦੇ ਰਹੇ ਸਾਰੇ ਸਵਾਏ ਆਪਣੇ ਕੰਟਰੀ ਨੂੰ ਛੱਡ ਕੇ ਤਾਂ ਇਹ ਚੀਜ਼ਾਂ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਪੈਣਾ ਵਾ ਸਲੀਮੇ ਹੈ ਨਾ ਇਹ ਘਰੋਂ ਸ਼ੁਰੂਆਤ ਹੁਣ ਕਰਨੀ ਪੈਣੀ ਹੈ ਵੀ ਥੋੜ੍ਹਾ ਦੇਖ ਕੇ ਸਟਾਰਟ ਆਪਣੇ ਆਪ ਤੋਂ ਕਰਨੀ ਪੈਣੀ ਆ ਚੀਜ਼ਾਂ ਬੰਦਿਆਂ ਨੂੰ ਸਿੱਖਣੀਆਂ ਪੈਣੀਆਂ ਚਲੋ ਆਹੀ ਦੇਰ ਦੀਆਂ ਗੱਲਾਂ ਸੀਗੀਆਂ ਥੋੜ੍ਹੀਆਂ ਜਿਹੀਆਂ ਅਤੇ ਹੁਣ ਆਪਾਂ ਚੱਲਦੇ ਹਾਂ ਜਿੱਥੇ ਜਾ ਰਹੇ ਹਾਂ ਤੁਹਾਨੂੰ ਬਾਹਰਲਾ ਇੱਕ ਰੋਡ ਦਾ ਮਾਹੌਲ ਦਿਖਾ ਦਿੰਦੇ ਹਾਂ ਐਜ਼ ਯੂਜ਼ੂਅਲ ਆਪਾਂ ਜਿਵੇਂ ਦਿਖਾਉਂਦੇ ਹੁੰਦੇ ਹਾਂ ਠੀਕ ਹੈ ਮਿਲਦੇ ਹਾਂ ਫਿਰ ਆਪਾਂ ਬਸ ਆਪਾਂ ਉੱਥੇ ਚੱਲੇ ਹਾਂ ਜਿੱਥੇ ਇੱਕ ਵਾਰੀ ਪੁਰਾਣੇ ਨਹੀਂ ਗਏ ਸੀ ਜਪਾਸ ਦੀ ਬਿਲਡਿੰਗ ਟੋਂ ਟੋਂ ਉੱਥੇ ਹੀ ਚਲੋ ਉੱਤਰ ਗਿਆ ਜਾ ਅਸਲੀ ਮੈਂ ਆਹ ਵਿਚਾਰਾ ਅੱਧਾ ਹੀ ਤੁਰਿਆ ਜਾਂਦਾ ਆਪਣੀ ਕੈਪਚਰ ਕਰਨ ਲਈ ਉਹ ਮਾਮੇ ਨੇ ਰੇਸ ਲਾ ਲਈ ਉਹ ਵੀ ਓਪਨ ਹੈ ਕਾਰ ਏਦਾਂ ਕਰਕੇ ਆਪਣੇ ਨਾਲ ਕਹਿੰਦਾ ਵੀ ਚਲੋ ਆ ਜਾਓ ਯਾਰ ਹੈ ਨਾ ਸੈਟ ਲੇਕਿਨ ਉਹਨੇ ਲਾ
ਸਾਰੀ ਤਾਂ ਇਧਰੋਂ ਆਪਾਂ ਰੇਸ ਦਿੱਤੀ ਬਰਾਬਰ ਪਹੁੰਚੇ ਫਿਰ ਹੈਲੋ ਹਾਏ ਹੋਇਆ ਫਿਰ ਮਤਲਬ ਠੀਕ ਆ ਓਕੇ ਇਹ ਭਾਈ ਰੇਸ ਲਾਉਣ ਨੂੰ ਮਾਹਰ ਨੇ ਆਪਣਾ ਤਾਂ ਇੱਕ ਅੱਧਾ ਕੈਮਰਾ ਫਲੈਸ਼ ਵੱਜ ਗਈ ਤੇ ਮਹੀਨਾ ਦੁੱਖ ਰਹਿੰਦਾ ਇਹਨਾਂ ਇਹਨਾਂ ਨੂੰ ਪਤਾ ਨੀ ਬਰੀ ਬਰੂ ਹੀ ਹੋਣੇ ਹਨਾ ਤੁਸੀਂ ਮੈਂ ਉਹ ਪਿੱਛੇ ਤੁਹਾਨੂੰ ਕਲਿੱਪ ਦੇ ਕੇ ਆਉਣਾ ਮਤਲਬ ਕਿ ਮਾਹੌਲ ਰੋਡ ਨਾਂ ਦੇ ਉੱਤੇ ਹਨਾ ਸੋਹਣਾ ਅੱਛਾ ਵੀ ਵੀਰ ਉਹ ਅਸੀਂ ਉਹ ਆ ਗਏ ਹਾਂ ਏਰੀਏ ਦੇ ਵਿੱਚ ਜਿੱਥੇ ਅਸੀਂ ਆਉਣਾ ਸੀਗਾ ਹਨਾ ਅਤੇ ਤੁਹਾਨੂੰ ਬਿਲਡਿੰਗ ਦਾ ਦਿਖਾ ਦਿੰਦੇ ਹਾਂ ਮਾਹੌਲ ਜਾਂ ਪੁਰਾਣੇ ਵਾਲੇ ਥੰਬਨੇਲ ਪਾ ਦਾਂਗੇ ਹਨਾ ਬਿਲਡਿੰਗ ਦੀ ਫੋਟੋ ਕੱਢ ਕੇ ਇੱਥੇ ਸਾਡੇ ਚੱਕਰ ਵੱਜਦੇ ਰਹਿੰਦੇ ਨੇ ਪੇਪਰ ਵਰਕ ਥੋੜ੍ਹਾ ਕੰਮ ਚੱਲਦਾ ਰਹਿੰਦਾ ਸਾਡਾ ਹਨਾ ਤਾਂ ਕਰਕੇ ਸਾਡੀ ਇਹ ਏਰੀਏ ਦੇ ਵਿੱਚ ਆਉਣੀ ਜਾਣੀ ਲੱਗੀ ਰਹਿੰਦੀ ਹੈ ਕਿਉਂ ਸਲੀਮੇ ਮਾਹੌਲ ਬਹੁਤ ਵਧੀਆ ਬਿਲਡਿੰਗਾਂ ਬਹੁਤ ਸੋਹਣੀਆਂ ਨੇ ਮੈਂ ਚਾਹੁੰਦਾ ਤੁਸੀਂ ਸਾਡੇ ਨਾਲ ਆਓ ਤਾਂ ਦੁਬਈ ਦੇਖੋ ਇੰਡੀਆ ਵਾਲੇ ਹੋ ਪੰਜਾਬ ਵਾਲੇ ਹੋ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ ਸਾਡੇ ਵੱਲੋਂ ਆਪਦਾ ਆਉਂਦੇ ਆ ਮਿੱਤਰ ਆਉਂਦੇ ਆ ਆਪਦਾ ਹੋਟਲ ਬੁੱਕ ਕਰੋ ਆਪਦੇ ਪੈਸੇ ਖਰਚੋ ਆਪਦੇ ਵੀਜ਼ੇ ਕਢਾਓ ਇੰਜੋਏ ਕਰਕੇ ਜਾਓ ਨਹੀਂ ਨਹੀਂ ਯਾਰ ਆਉਂਦੇ ਆਪਣੇ ਕੋਲ ਮਿੱਤਰ ਯਾਰ ਦੋਸਤ ਸਟੇ ਕਰਕੇ ਜਾਂਦੇ ਆ ਵੀ ਆ ਕਾਲ ਕਰਦਾ ਅਗਲਾ ਬਈ ਆਹ ਹੋਟਲ ਦੇ ਵਿੱਚ ਅਸੀਂ ਹੈਗੇ ਹਾਂ ਅਤੇ ਆਪਾਂ ਉੱਥੇ ਜਾਂਦੇ ਹਾਂ ਸ਼ਾਮ ਨੂੰ ਹਨ ਜਾਂ ਜਦੋਂ ਵੀ ਟਾਈਮ ਮਿਲਦਾ ਫਿਰ ਉਹਨਾਂ ਨੂੰ ਘੁੰਮਣ 'ਚ ਆਸਾਨੀ ਹੋ ਜਾਂਦੀ ਹੈ ਕਿ ਆਪਾਂ ਨੂੰ ਪਤਾ ਨਾ ਮਾਹੌਲ ਆਪਾਂ ਤਾਂ ਇੱਥੇ ਰਹਿੰਦੇ ਨੂੰ ਕਿੰਨੇ ਸਾਲ ਹੋ ਗਏ ਅਤੇ ਤਾਂ ਇੱਦਾਂ ਮਾਹੌਲ ਹੁਣ ਤੁਹਾਨੂੰ ਬਿਲਡਿੰਗ ਦਿਖਾ ਦਈਏ ਆਹ ਏਰੀਏ ਦੇ ਵਿੱਚ ਨਾ ਚਹਿਰ ਪੈਰ ਬਹੁਤ ਹੁੰਦੀ ਹੈ ਦੁਪਹਿਰ ਨੂੰ ਚਹਿਰ ਪੈਰ ਤੋਂ ਸਮਝ ਗਏ ਹੋ ਸਟਾਰ ਆ ਗਈ ਬਿਲਡਿੰਗ ਬੋਰ ਨਹੀਂ ਹੋਣਾ ਬਿਲਡਿੰਗ ਦੇਖ ਕੇ ਕਿਉਂਕਿ ਬਹੁਤ ਜ਼ਿਆਦਾ ਵਾਰੀ ਦਿਖਾ ਚੁੱਕੇ ਹਾਂ ਅਸੀਂ ਸਾਡੇ ਇੱਥੇ ਚੱਕਰ ਬਹੁਤ ਵੱਜਦੇ ਨੇ ਹੁਣ ਆਪਾਂ ਕੀ ਕਰੀਏ ਡੇਲੀ ਰੂਟੀਨ ਵਲੌਗ ਦੇ ਵਿੱਚ ਆਪਾਂ ਐਕਸਾਈਟਡ ਬਣਾਵਾਂਗੇ ਇਹਨਾਂ ਨੂੰ ਲੇਕਿਨ ਸਾਨੂੰ ਆਉਣ ਵਾਲਾ ਟਾਈਮ ਮਤਲਬ ਸੈੱਟ ਹੀ ਹੋਊਗਾ ਇਨਸ਼ਾਅੱਲਾ ਹਨਾ ਸੈੱਟ ਕਰਕੇ ਫਿਰ ਆਪਾਂ ਹੋਰ ਇਹਨਾਂ ਨੂੰ ਵਲੌਗਸ ਨੂੰ ਐਕਸਾਈਟਡ ਬਣਾਵਾਂਗੇ ਵਧੀਆ ਤਰੀਕੇ ਨਾਲ ਹਾਲੇ ਫਿਲਹਾਲ ਤੁਸੀਂ ਮਤਲਬ ਡੇਲੀ ਰੂਟੀਨ ਲਾਈਕ ਹੀ ਦੇਖ ਸਕਦੇ ਹੋ ਸਾਡੀ ਅਗਰ ਉਹਨੂੰ ਤੁਸੀਂ ਦੇਖ ਕੇ ਐਪਰੀਸ਼ੀਏਟ ਕਰਦੇ ਹੋ ਤਾਂ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂ ਸਲੀਮੇ ਦਿਲੋਂ ਧੰਨਵਾਦ ਦਿਲੋਂ ਧੰਨਵਾਦ ਬਾਬਾ ਮਿਲਦੇ ਹਾਂ ਪਾਰਕਿੰਗ ਸਾਨੂੰ ਮਿਲ ਜਾਣੀ ਹੈ ਤੁਹਾਡੀ ਕਿਸਮਤ ਬਹੁਤ ਚੰਗੀ ਹੈ ਓਕੇ ਕਿਹਾ ਸੀ ਨਾ ਪਾਰਕਿੰਗ ਸਾਨੂੰ ਅੰਦਰ ਵੜਦੇ ਹੀ ਮਿਲ ਜਾਣੀ ਕਿਸਮਤ ਸਾਡੀ ਬਹੁਤ ਚੰਗੀ ਆ ਆਹ ਨਿਕਲ ਲੱਗੀ ਗੱਡੀ ਅਤੇ ਹੁਣ ਆਪਾਂ ਲਾ ਦਿੰਦੀ ਹਾਂ ਪਾਰਕਿੰਗ ਇਹ ਖੇਡ ਹੀ ਸਾਰੀ ਕਿਸਮਤ ਦੀ ਆ ਮੈਨੂੰ ਲੱਗਦਾ ਨਹੀਂ ਹਾਰਡ ਵਰਕ ਕੋਈ ਨਾਂ ਦੀ ਚੀਜ਼ ਹੈ ਮਿੱਤਰੋ ਕੰਮ ਸਾਡਾ ਅਜੇ ਫਿਰ ਨਹੀਂ ਬਣਿਆ ਅਗਲੀ ਤਰੀਕ ਪੈ ਗਈ ਆ ਅਤੇ ਅਗਲੀ ਹੁਣ ਡੇਟ ਮਿਲ ਗਈ ਸਾਨੂੰ ਅਤੇ ਹੁਣ ਅਸੀਂ ਚੱਲੇ ਹਾਂ ਬੈਕ ਟੂ ਹੋਮ ਹੋਰ ਕਿੱਥੇ ਪਲਾਨ ਆ ਪਲਾਨ ਹੁਣ ਕਿੱਥੇ ਹੁਣ ਧੁੱਪ ਬੜੀ ਆ ਘਰੇ ਚੱਲਦੇ ਹਾਂ ਕਿਹੜੀ ਜੋਬ 'ਤੇ ਅਗਰ ਨੈਕਸਟ ਕੋਈ ਪ੍ਰੋਗਰਾਮ ਬਣਦਾ ਫਿਰ ਆਪਾਂ ਦੇਖ ਲੈਂਦੇ ਕੀ ਮਾਹੌਲ ਆ ਹਨਾ ਅਤੇ ਰਾਹ ਦੇ ਵਿੱਚ ਹੀ ਆ ਸਾਰਾ ਕੁਝ ਚਲੋ ਫਿਰ ਮਿਲਦੇ ਹਾਂ ਬਬਾਸ ਬੜੀ ਹੋਰ ਹੀ ਸਮੈਲ ਜੀ ਆ ਰਹੀ ਹੈ ਗੱਡੀ ਦੇ ਵਿੱਚ ਜਦੋਂ ਅਸੀਂ ਬੈਠੇ ਹਾਂ ਘਰੋਂ ਤੁਰੇ ਸਮਝ ਨਹੀਂ ਆਉਂਦਾ ਬਈ ਸਮੈਲ ਹੈ ਕਾਹਦੀ ਆਉਂਦੀ ਮਿੰਟ ਦੇ ਵਿੱਚੋਂ ਆ ਅੱਗੇ ਪਿੱਛੋਂ ਸਾਰੀਆਂ ਸੀਟਾਂ ਚੈੱਕ ਚੁੱਕ ਕਰ ਲਈਆਂ ਅਸੀਂ ਮਤਲਬ ਸਾਰਾ ਕੁਝ ਚੈੱਕ ਕਰ ਲਿਆ ਵੀ ਨਹੀਂ ਆ ਰਹੇ ਅਤੇ ਕੋਈ ਕੈਮੀਕਲ ਜਿਵੇਂ ਹੁੰਦਾ ਨਾ ਟਾਈਪ ਜਾਸ ਉਹ ਟਾਈਪ ਜਾਂਦਾ ਹੁਣ ਦਿਮਾਗ 'ਚ ਆਇਆ ਵੀ ਇਹਨੇ ਹੁਣ ਦੱਸਿਆ ਵੀ ਥਿੰਨਰ ਪਿਆ ਗੱਡੀ ਦੇ ਵਿੱਚ ਪਿੱਛੇ ਡਿੱਗੀ ਦੇ ਪਿਆ ਹਾਂ ਡਿੱਗੀ ਜੇ ਰੱਖਿਆ ਉਹਦੀ ਸਮੈਲ ਉਹਦੀ ਸਮੈਲ ਚੜ੍ਹਦੀ ਆ ਥਿੰਨਰ ਦੀ ਹੈ ਨਾ ਥਿੰਨਰ ਆ ਪੱਕਾ ਥਿੰਨਰ ਆ ਥਿੰਨਰ ਕਨਫਰਮ ਥਿੰਨਰ ਆ ਉਹ ਮਿਲਿਆ ਜ਼ਿਆਦਾ ਡੁੱਲ ਗਿਆ ਗੱਡੀ 'ਚ ਹੈ ਅਤੇ ਉਹ ਤਰੇ ਸਰਕੂਲੇਟ ਹੋ ਰਿਹਾ ਹਵਾ ਦੇ ਵਿੱਚ
ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਚੀਜ਼ਾਂ ਯਾਰ, ਇਹ ਚੀਜ਼ਾਂ ਰੱਖਣੀਆਂ ਨਹੀਂ ਚਾਹੀਦੀਆਂ। ਚਲੋ ਫਿਰ ਆਹ ਮੈਂ ਕਿਹਾ ਇੰਪੋਰਟੈਂਟ ਇਨਫੋਰਮੇਸ਼ਨ ਦੇ ਦਿੱਤਾ ਤੁਹਾਨੂੰ ਮੈਂ, ਕਿੰਨੀ ਸੋਹਣੀ ਇਨਫੋਰਮੇਸ਼ਨ ਹੈ ਦੇ ਦਿੱਤੀ ਆਪਾਂ, ਹੈ ਨਾ ਜੀ। ਚਲੋ ਠੀਕ ਆ, ਘਰ ਪਹੁੰਚ ਗਏ ਜਿੱਥੋਂ ਆਪਾਂ ਚੱਲੇ ਸੀ ਉੱਥੇ ਆ ਗਏ ਹਾਂ, ਹੈ ਨਾ। ਤੁਰ ਕੇ ਅਤੇ ਗੱਲ ਉਹੀ ਆ, ਅਲੀ ਦਾ ਬੈਗ ਪਿਆ, ਮੁੰਡੇ ਦਾ ਬੈਗ ਪਿਆ ਵਾ ਇੱਥੇ, ਅਤੇ ਕਿਹੜੀ ਆ ਨਾ ਇਹ ਤਾਂ ਬੱਸ ਦੇ ਰਾਹ ਦੇ ਲੀਡਰ ਉਹੀ ਆ। ਦੋ ਘੰਟੇ ਸਾਨੂੰ ਗੱਡੀ 'ਚ ਹੋ ਗਿਆ ਬੈਠਿਆਂ ਨੂੰ, ਅਤੇ ਅਸਫਾਲਟ ਕਿੱਥੋਂ ਆ ਰਹੀ ਹੈ, ਕਿੱਥੋਂ ਆ ਰਹੀ ਹੈ ਭਾਈ, ਥਿੰਨਰ ਦੀ ਸਮੈਲ ਕਿੱਥੋਂ ਆ ਰਹੀ ਹੈ, ਅਤੇ ਫਾਈਨਲੀ ਵੀ ਗਾਰਡ ਹੈ। ਚੱਲ ਵਧੀਆ ਹੋ ਗਿਆ, ਚਲੋ ਜੀ ਹੁਣ ਮਿਲਦਾ ਸਾਨੂੰ ਘਰ, ਹੈ ਨਾ। ਚਲੋ ਹੋਰ ਚੱਲੀਏ, ਹਾਂ।
ਗ੍ਰੀਨਰੀ ਲਾ ਲਾ ਕੇ ਪੋਲਿਊਸ਼ਨ ਨੂੰ ਕੰਟਰੋਲ ਕਰ ਕਰਕੇ ਇਹਨਾਂ ਨੇ ਆਪਣੇ ਵੈਦਰ ਦੇ ਵਿੱਚ ਇੰਪਰੂਵ ਕਰ ਲਿਆ। ਆਸ ਵਾਲੇ ਪੰਜਾਬ ਦੇ ਵਿੱਚ ਗਰਮੀ ਜ਼ਿਆਦਾ ਹੋਣੀ ਹੈ ਇਸ ਵਕਤ, ਇੱਥੇ ਇੰਨੀ ਗਰਮੀ ਹੈ ਨਹੀਂ। ਹਾਲਾਂਕਿ ਇਹ ਟਾਈਮਾਂ ਦੇ ਵਿੱਚ ਫੇਮਸ ਸੀ ਵੀ ਤੁਸੀਂ ਬਾਹਰ ਨਹੀਂ ਖੜ੍ਹ ਸਕਦੇ ਦੁਬਈ ਦੇ ਵਿੱਚ, ਲੇਕਿਨ ਇੰਪਰੂਵ ਕਰ ਕਰਕੇ ਇਨਵਾਇਰਮੈਂਟ ਨੂੰ ਇਹਨਾਂ ਨੇ ਮਤਲਬ ਵੈਦਰ ਹੀ ਚੇਂਜ ਕਰ ਲਿਆ ਆਪਦੇ ਕੋਲ। ਹੁੰਦਾ ਹੀ ਹੈ ਤਾਂ ਯਾਰ ਬਣਿਆ ਹੀ ਹੋਇਆ ਵਾ, ਤੁਸੀਂ ਸਾਫ਼ ਸੁਥਰਾ ਰੱਖੋਗੇ ਤਾਂ ਇਹਨੇ ਇੰਪਰੂਵ ਹੋਣਾ ਹੀ ਹੋਣਾ। ਲੇਕਿਨ ਆਪਣੇ ਵਰਗਣ ਕੋਈ ਵੈਲਿਊ ਹੈ ਨਹੀਂ, ਜਿੱਥੇ ਇਹਨਾਂ ਦੇ ਕੋਈ ਕੁਛ ਨਹੀਂ ਹੋ ਕੇ ਸਕਦਾ, ਰੰਭਲ ਆ ਪੂਰੀ ਚਾਰੇ ਪਾਸੇ, ਆਹ ਗ੍ਰੀਨਰੀ ਗ੍ਰੀਨਰੀ ਲਾਈ ਹੋ ਰੋਡਾਂ ਦੇ ਸਾਈਡਾਂ ਦੇ ਜਿੱਥੇ ਇਹਨਾਂ ਨੂੰ ਪੋਸੀਬਿਲਿਟੀ ਲੱਗਦੀ ਹੈ। ਆਉਣ ਵਾਲਾ ਟਾਈਮ 60% ਗ੍ਰੀਨਰੀ ਕਰ ਰਹੀਆਂ ਨੇ ਮੁੰਬਈ ਦੇ ਵਿੱਚ, ਹੁਣ ਤਾਂ ਹਿਸਾਬ ਲਾ ਲਓ ਫਿਰ ਕਿੰਨੀ ਪ੍ਰਾਇਓਰਟੀ ਦੇ ਰਹੇ ਸਾਰੇ ਸਿਵਾਏ ਆਪਣੇ ਕੰਟਰੀ ਨੂੰ ਛੱਡ ਕੇ। ਤਾਂ ਇਹ ਚੀਜ਼ਾਂ ਆਪਾਂ ਨੂੰ ਥੋੜ੍ਹਾ ਜਿਹਾ ਦੇਖਣਾ ਪੈਣਾ ਵਾ ਸਲੀਮੇ, ਹੈ ਨਾ, ਇਹ ਘਰੋਂ ਸ਼ੁਰੂਆਤ ਹੁਣ ਕਰਨੀ ਪੈਣੀ ਹੈ ਵੀ ਥੋੜ੍ਹਾ ਦੇਖ ਕੇ ਸਟਾਰਟ ਆਪਣੇ ਆਪ ਤੋਂ ਕਰਨੀ ਪੈਣੀ ਆ, ਚੀਜ਼ਾਂ ਬੰਦਿਆਂ ਨੂੰ ਸਿੱਖਣੀਆਂ ਪੈਣੀਆਂ। ਚਲੋ ਆਹੀ ਦੇਰ ਦੀਆਂ ਗੱਲਾਂ ਸੀਗੀਆਂ ਥੋੜ੍ਹੀਆਂ ਜਿਹੀਆਂ, ਅਤੇ ਹੁਣ ਆਪਾਂ ਚੱਲਦੇ ਹਾਂ ਜਿੱਥੇ ਜਾ ਰਹੇ ਹਾਂ ਤੁਹਾਨੂੰ ਬਾਹਰਲਾ ਇੱਕ ਰੋਡ ਦਾ ਮਾਹੌਲ ਦਿਖਾ ਦਿੰਦੇ ਹਾਂ ਐਜ਼ ਯੂਜ਼ੁਅਲ ਆਪਾਂ ਜਿਵੇਂ ਦਿਖਾਉਂਦੇ ਹੁੰਦੇ ਹਾਂ। ਠੀਕ ਹੈ, ਮਿਲਦੇ ਹਾਂ ਫਿਰ ਆਪਾਂ ਬਸ ਆਪਾਂ ਉੱਥੇ ਚੱਲੇ ਹਾਂ ਜਿੱਥੇ ਇੱਕ ਵਾਰੀ ਪੁਰਾਣੇ ਨਹੀਂ ਗਏ ਸੀ, ਜਪਾਸ ਦੀ ਬਿਲਡਿੰਗ ਟੋਂ ਟੋਂ ਉੱਥੇ। ਚਲੋ ਉੱਤਰ ਗਿਆ ਜਾ ਸਲੀਮ, ਆਹ ਵਿਚਾਰਾ ਅੱਧਾ ਹੀ ਤੁਰਿਆ ਜਾਂਦਾ। ਆਪਣੀ ਕੈਪਚਰ ਕਰਨ ਲਈ ਉਹ ਮਾਮੇ ਨੇ ਰੇਸ ਲਾ ਲਈ, ਉਹਦੀ ਓਪਨ ਹੈ ਕਾਰ, ਏਦਾਂ ਕਰਕੇ ਆਪਣੇ ਨਾਲ ਕਹਿੰਦਾ ਵੀ ਚਲੋ ਆ ਜਾਓ ਫਿਰ ਸੈਟਾ, ਲੇਕਿਨ ਉਹਨੇ ਲਾ ਲਈ ਤਾਂ ਇੱਧਰੋਂ ਆਪਾਂ ਰੇਸ ਦਿੱਤੀ ਬਰਾਬਰ ਪਹੁੰਚੇ, ਫਿਰ ਹੈਲੋ ਹਾਏ ਹੋਇਆ ਫਿਰ ਮਤਲਬ ਠੀਕ ਆ ਓਕੇ। ਇਹ ਭਾਈ ਰੇਸ ਲਾਉਣ ਨੂੰ ਮਾਹਰ ਨੇ, ਆਪਣਾ ਤਾਂ ਇੱਕ ਅੱਧਾ ਕੈਮਰਾ ਫਲੈਸ਼ ਵੱਜ ਗਈ ਤੇ ਮਹੀਨਾ ਤੱਕ ਰਹਿੰਦਾ ਇਹਨਾਂ ਇਹਨਾਂ ਨੂੰ ਪਤਾ ਨਹੀਂ ਬਰੀ ਬਰੂ ਹੀ ਹੋਣੇ ਆ ਨਾ ਸਲੀਮ। ਉਹ ਪਿੱਛੇ ਤੁਹਾਨੂੰ ਕਲਿੱਪ ਦੇ ਕੇ ਆਉਣਾ, ਮਤਲਬ ਕਿ ਮਾਹੌਲ ਰੋਡ ਨਾਂ ਦੇ ਉੱਤੇ ਆਉਣਾ ਸੋਹਣਾ। ਅੱਛਾ ਵੀ ਵੀਰੇ ਅਸੀਂ ਉਹ ਆ ਗਏ ਹਾਂ ਏਰੀਏ ਦੇ ਵਿੱਚ ਜਿੱਥੇ ਅਸੀਂ ਆਉਣਾ ਸੀਗਾ, ਹੈ ਨਾ, ਅਤੇ ਤੁਹਾਨੂੰ ਬਿਲਡਿੰਗ ਦਾ ਦਿਖਾ ਦਿੰਦੇ ਹਾਂ ਮਾਹੌਲ, ਜਾਂ ਪੁਰਾਣੇ ਵਾਲੇ ਥੰਬਨੇਲ ਪਾ ਦਾਂਗੇ, ਹੈ ਨਾ, ਬਿਲਡਿੰਗ ਦੀ ਫੋਟੋ ਕੱਢ ਕੇ। ਇੱਥੇ ਸਾਡੇ ਚੱਕਰ ਵੱਜਦੇ ਰਹਿੰਦੇ ਨੇ, ਪੇਪਰ ਵਰਕ ਥੋੜ੍ਹਾ ਕੰਮ ਚੱਲਦਾ ਰਹਿੰਦਾ ਸਾਡਾ, ਹੈ ਨਾ, ਤਾਂ ਕਰਕੇ ਸਾਡੀ ਇਹ ਏਰੀਏ ਦੇ ਵਿੱਚ ਆਉਣੀ ਜਾਣੀ ਲੱਗੀ ਰਹਿੰਦੀ ਹੈ। ਕਿਉਂ ਸਲੀਮੇ, ਮਾਹੌਲ ਬਹੁਤ ਵਧੀਆ, ਬਿਲਡਿੰਗਾਂ ਬਹੁਤ ਸੋਹਣੀਆਂ ਨੇ, ਮੈਂ ਚਾਹੁੰਦਾ ਤੁਸੀਂ ਸਾਡੇ ਨਾਲ ਆਓ ਤਾਂ ਦੁਬਈ ਦੇਖੋ, ਇੰਡੀਆ ਵਾਲੇ ਹੋ ਪੰਜਾਬ ਵਾਲੇ ਹੋ, ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਆ ਸਾਡੇ ਵੱਲੋਂ। ਆਪਦਾ ਆਉਂਦੇ ਆ ਮਿੱਤਰ, ਆਉਂਦੇ ਆ ਆਪਦਾ ਹੋਟਲ ਬੁੱਕ ਕਰੋ, ਆਪਦੇ ਪੈਸੇ ਖਰਚੋ, ਆਪਦੇ ਵੀਜ਼ੇ ਕਢਾਓ, ਇੰਜੋਏ ਕਰਕੇ ਜਾਓ। ਨਹੀਂ ਨਹੀਂ ਯਾਰ, ਆਉਂਦੇ ਆਪਣੇ ਕੋਲ ਮਿੱਤਰ ਯਾਰ ਦੋਸਤ ਸਟੇਅ ਕਰਕੇ ਜਾਂਦੇ ਆ ਵੀ ਆ ਕਾਲ ਕਰਦਾ ਅਗਲਾ ਬਾਈ ਆਹ ਹੋਟਲ ਦੇ ਵਿੱਚ ਅਸੀਂ ਹੈਗੇ, ਅਤੇ ਆਪਾਂ ਉੱਥੇ ਜਾਂਦੇ ਹਾਂ ਸ਼ਾਮ ਨੂੰ, ਹੈ ਨਾ, ਜਾਂ ਜਦੋਂ ਵੀ ਟਾਈਮ ਮਿਲਦਾ। ਫਿਰ ਉਹਨਾਂ ਨੂੰ ਘੁੰਮਣ 'ਚ ਆਸਾਨੀ ਹੋ ਜਾਂਦੀ ਕਿ ਆਪਾਂ ਨੂੰ ਪਤਾ ਨਾ ਮਾਹੌਲ, ਆਪਾਂ ਤਾਂ ਇੱਥੇ ਰਹਿੰਦੇ ਨੂੰ ਕਿੰਨੇ ਸਾਲ ਹੋ ਗਏ, ਅਤੇ ਤਾਂ ਕਰਕੇ ਇੱਦਾਂ ਮਾਹੌਲ। ਹੁਣ ਤੁਹਾਨੂੰ ਬਿਲਡਿੰਗ ਦਿਖਾ ਦਈਏ, ਆਹ ਏਰੀਏ ਦੇ ਵਿੱਚ